करी मूरत। करी मूरत सिमरत पलभंजे कड़ी मूरत सिमरत पल बने जीवन सफल तिथाई जियो सफल तिथाई जियो कड़ी मूरत सिमरत पल बने कड़ी मूरत सिमरत पल बने रैन सुहावड़ी दिन से सुहेला जप अमृत नाम संत संग मेला जप अमृत नाम संत संग मेला संत संग मेला कड़ी मूरत सिमरत पल बने कड़ी मूरत सिमरत पल बने जीवन सफल तिथाई जियो जीवन सफल तिथाई जियो सिमरत नाम दुख सब नथे सिमरत नाम दुख सब लथे Thank you.
अंतरे बाहरे हर प्रभु साथे। अंतरे बाहरे हर प्रभु साथे। पर
अंगारा। आदि अंत मध्य प्रभ सोई आदि अंत मध्य प्रभ सोई दूजा लवे लाई जियो दूजा लवे लवे ना लाई जिया कड़ी भूरत सिमरत पल बंजे कड़ी भूरत सिमरत पल बंजे कर कृपा मेरे दीन दयाला कर कृपा मेरे दीन दयाला दीन दयाला जाचे के जाचे साधु वाला जाच के जाचे साधु वाला दे दान नानक जन मांगे दे दान नानक जन मांगे सदा सदा हर ध्याई जियो सदा सदा हर
त्याई जिया। जानदा आपसी बड़ा गूढ़ा संबंध है, खास करके इस शब्द में वन्य लफज आम वर्तों विच आने वाला लेंदे दी बोली विच है। वंजन दा अर्थ है चलना, जाना, चला जाना, वंज निकलिया। वंजना, चला जाना। जीवन विच्चों पल पल करके मूरत घड़ियां घड़ियां करके, घंटियां घंटियां करके, पैरां पैरां करके, पैरां तो दिन बन गया, दिनां तो महीने बन गए, महीनियां तो वरे साल बन गए। सब कुछ तुरिया जांदे, जा रहे ना, पल रुक दे ने, ना कड़ियां रुक दिया ने, ना पैर रुक दे ने। इसलिए आ समय नू मापन वालियां जड़ियां कड़ियां ने ना, इन्हां नू भी जदों काम कर रही हैं होन, लोग चल दिया आख दे ने, कड़ी चल रही है।
ਇਸ ਘੜੀ ਨੂੰ ਵੀ ਲੋਕ ਚਲਦੀ ਆਖਦੇ ਨੇ ਜਦੋਂ ਕੰਮ ਕਰਦੀ ਹੈ ਤੇ ਜਦੋਂ ਨਾਮ ਕੰਮ ਨਾ ਕੰਮ ਕਰੇ ਫਿਰ ਆਖਦੇ ਨੇ ਘੜੀ ਰੁਕ ਗਈ ਖਲੋ ਗਈ ਕਿਉਂਕਿ ਸਮੇਂ ਨੂੰ ਨਾਲ ਨਾਲ ਨਾਪ ਰਹੀ ਹੈ ਇਸ ਲਈ ਇਹ ਵੀ ਵਿਅੰਜਨ ਵਿੱਚ ਸ਼ਾਮਲ ਹੈ ਸਮੇਂ ਦੀ ਨਾਪਣ ਦੀ ਜਿਹੜੀ ਵਸਤੂ ਹੈ ਮੀਟਰ ਹੈ ਉਹਦੇ ਵੱਖ ਵੱਖ ਨਾਮ ਨੇ ਜਿਵੇਂ ਸੈਂਟੀਮੀਟਰ ਇੰਚ ਫੁੱਟ ਮੀਟਰ ਲੰਬਾਈ ਹੈ ਨਾਪਦਾ ਵੱਖ ਵੱਖ ਨਾਮ ਨੇ ਇਸੇ ਤਰ੍ਹਾਂ ਸਮੇਂ ਨੂੰ ਨਾਪਣ ਲਈ ਵੀ ਮੂਰਤ ਨੇ ਪਲ ਨੇ ਚਸਾ ਨੇ ਘੜੀਆਂ ਨੇ ਪੈਰ ਨੇ ਦਿਨ ਨੇ ਮਹੀਨੇ ਨੇ ਸਾਲ ਨੇ ਸਭ ਤੋਂ ਵੱਡਾ ਨਾਪਣ ਦਾ ਮੀਟਰ ਜਿਹੜਾ ਸਾਡੀ ਦੁਨੀਆ ਵਿੱਚ ਸਾਡੇ ਸਮਾਜ ਵਿੱਚ ਜਿਹੜਾ ਸੰਸਾਰ ਨੇ ਘੜਿਆ ਉਹਦਾ ਨਾਮ ਸਾਲ ਰੱਖਿਆ ਬੜਾ ਰੱਖਿਆ ਇਸ ਤੋਂ ਵੱਡਾ ਕੋਈ ਮੀਟਰ ਨਹੀਂ ਬਣਾਇਆ ਜੇ ਆਪਾਂ ਸਦੀ ਆਖਦੇ ਹਾਂ ਉਹਦਾ ਮਤਲਬ ਵੀ ਹੁੰਦਾ ਹੈ ਸੌ ਸਾਲ ਉਹ ਵੀ ਸੌ ਸਾਲ ਨੂੰ ਹੀ ਅਸੀਂ ਸਦੀ ਆਖਦੇ ਹਾਂ ਸਦੀ ਦੀ ਪਰਿਭਾਸ਼ਾ ਵੀ ਸੌ ਸਾਲ ਹੈ ਮੀਟਰ ਜਿਹੜਾ ਉਸ ਸਮੇਂ ਨੂੰ ਨਾਪਣ ਦਾ ਅਸੀਂ ਤੁਸੀਂ ਜਿਹੜਾ ਸੰਸਾਰ ਨੇ ਬਣਾਇਆ ਉਹ ਸਾਲ ਹੈ ਤੇ ਸਾਰੇ ਹੀ ਨਾਪਣ ਦੇ ਸਾਧਨ ਜਿਹੜੇ ਨੇ ਕਿਉਂਕਿ ਸਮਾਂ ਚੱਲਿਆ ਜਾਂਦਾ ਸਮਾਂ ਤਾਂ ਰੁਕਦਾ ਨਹੀਂ ਗੁਰੂ ਨੇ ਵੀ ਬਾਣੀ ਵਿੱਚ ਆਖਿਆ ਜੋ ਦਿਨ ਆਵੇ ਸੋ ਦਿਨ ਜਾਈ ਵੰਜੇ ਚਲਾ ਜਾਏ ਜੋ ਦਿਨ ਆਵੇ ਸੋ ਦਿਨ ਜਾਈ ਕਹਿਣ ਲੱਗੀ ਦਿਨ ਤੇ ਸਰ ਪਰ ਪੌਸੀ ਰਾਤ ਰਹਿਣ ਗਈ ਵੰਜੇ ਫਿਰ ਹੋਏ ਪ੍ਰਭਾਤ ਰਾਤ ਚਲੀ ਜਾਂਦੀ ਦਿਨ ਆ ਜਾਂਦਾ ਹੈ ਦਿਨ ਚਲਾ ਜਾਂਦਾ ਹੈ ਰਾਤ ਆ ਜਾਂਦੀ ਹੈ ਨਾ ਦਿਨ ਖਲੋਂਦਾ ਨਾ ਰਾਤ ਖਲੋਂਦੀ ਹੈ ਚਲਾ ਜਾਣਾ ਇਸੇ ਦਾ ਨਾਂ ਹੈ ਵੰਜੇ ਤੇ ਕੁਝ ਸਾਲਾਂ ਦਾ ਇਕੱਠ ਜਿਹੜਾ ਹੈ ਕੁਝ ਸਾਲਾਂ ਦਾ ਮੇਲ ਜਿਹੜਾ ਹੈ ਉਸਨੂੰ ਜੀਵਨ ਆਖ ਦਿੰਦੇ ਨੇ ਜੇ ਘੜੀ ਮੂਰਤ ਚਸਾ ਪਲ ਨਹੀਂ ਖਲੋਂਦੇ ਵੰਜਦੇ ਨੇ ਚਲੇ ਜਾਂਦੇ ਨੇ ਜੇ ਮਹੀਨੇ ਤੇ ਸਾਲ ਚਲੇ ਜਾਂਦੇ ਨੇ ਤਾਂ ਜੀਵਨ ਵੀ ਤਾਂ ਸਾਲਾਂ ਦਾ ਸੰਗ੍ਰਹਿ ਹੈ ਜੀਵਨ ਵੀ ਤਾਂ ਸਾਲਾਂ ਦਾ ਸੰਗ੍ਰਹਿ ਇਸ ਲਈ ਜੀਵਨ ਵੀ ਚਲਾ ਜਾਂਦਾ ਜੀਵਨ ਵੀ ਨਹੀਂ ਖਲੋਂਦਾ ਕੋਈ ਵੀ ਮਨੁੱਖ ਜੀਵਨ ਨੂੰ ਰੋਕ ਨਹੀਂ ਸਕਦਾ ਜਿਵੇਂ ਪਲਾਂ ਨੂੰ ਮਹੀਨਿਆਂ ਨੂੰ ਸਾਲਾਂ ਨੂੰ ਨਹੀਂ ਰੋਕ ਸਕਦਾ ਆ ਬੀਤੀ ਰਾਤ ਹੈ ਨਾ ਰੋਕ ਕੇ ਵਿਖਾਉਂਦੇ ਪਿਛਲੇ ਸਾਲ ਨੂੰ ਚਲਾ ਗਿਆ ਵੰਜੇ ਪਿਛਲਾ ਸਾਲ ਚਲਾ ਗਿਆ ਜਿਹੜਾ ਚੜ੍ਹਿਆ ਇਹਨੇ ਵੀ ਨਹੀਂ ਰੁਕਣਾ ਇੱਕ ਇੱਕ ਦਿਨ ਕਰਕੇ ਮਹੀਨੇ ਕਰਕੇ ਚਲਾ ਜਾਣਾ ਕਿਉਂਕਿ ਖਲੋਣ ਵਾਲੀ ਚੀਜ਼ ਹੀ ਨਹੀਂ ਵੰਜੇ ਮੈਂ ਇਸ ਲਈ ਅਰਜ਼ ਕਰ ਰਿਹਾ ਸਾਂ ਅਸੀਂ ਦੋ ਲਫ਼ਜ਼ ਵਿਚਾਰਨੇ ਨੇ ਜ਼ਰੂਰ
ਇੱਕ ਤਾਂ ਇੱਥੇ ਵੰਜੇ ਲਫ਼ਜ਼ ਵਰਤਿਆ ਨੇ, ਬਾਕੀ ਤਾਂ ਮਿੰਤੀ ਹੈ। ਘੜੀ, ਮੂਰਤ, ਸਿਮਰਤ ਪਲ, ਵੰਜੇ ਚਲੇ ਜਾਣਗੇ ਅਤੇ ਜੀਵਨ ਵੀ ਇਉਂ ਚਲਾ ਗਿਆ। ਸਾਲਾਂ ਨੂੰ ਨਹੀਂ ਰੋਕ ਸਕੇ, ਜੀਵਨ ਨੂੰ ਵੀ ਨਹੀਂ ਰੋਕ ਸਕਣਾ। ਜਿਹੜਾ ਪਿਛਲਾ ਸਾਲ ਚਲਾ ਗਿਆ, ਨਵਾਂ ਆ ਗਿਆ, ਨਵੇਂ ਸਾਲ ਨੇ ਵੀ ਚਲਾ ਜਾਣਾ। ਹੁਣ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਉਹ ਇਹ ਕਿ ਜੀਵਨ ਮਿਲਿਆ ਕਿੱਥੋਂ ਹੈ। ਜ਼ਰਾ ਇਸ ਪੱਖ ਨੂੰ ਵੀ ਵਿਚਾਰੀਏ, ਜੀਵਨ ਮਿਲਿਆ ਕਿੱਥੋਂ ਹੈ। ਜੇ ਗੁਰੂ ਕੋਲੋਂ ਹੀ ਪੁੱਛ ਲਈਏ, ਹੈ ਅਸੀਂ ਮਾਣ ਰਹੇ ਹਾਂ ਜੀਵਨ ਲਿਮਿਟਡ, ਕੁਝ ਗਿਣਤੀ ਮਿਣਤੀ ਦੇ ਸੰਗ੍ਰਹਿ ਕੀਤੇ ਹੋਏ, ਤੇਰੇ ਵੱਲੋਂ ਸੰਗ੍ਰਹਿ ਕਰਕੇ ਦਿੱਤੇ ਹੋਏ ਸਾਲਾਂ ਸਮੇਂ, ਜਿਨ੍ਹਾਂ ਨੇ ਵੰਝ ਜਾਣਾ ਹੈ, ਚਲਾ ਜਾਣਾ ਹੈ, ਉਹਦਾ ਨਾਂ ਜੇ ਜੀਵਨ ਹੈ। ਅਸੀਂ ਮੰਨ ਰਹੇ ਹਾਂ ਜੀਵਨ ਨੇ ਵੀ ਚਲਾ ਜਾਣਾ ਹੈ, ਪਰ ਮੈਂ ਪੁੱਛਣਾ ਚਾਹੁੰਦਾ ਜੀਵਨ ਆਇਆ ਕਿੱਥੋਂ ਹੈ। ਗੁਰੂ ਕੋਲੋਂ ਪੁੱਛ ਲਈਏ, ਗੁਰੂ ਨੇ ਇੱਕ ਲਾਈਨ ਵਿੱਚ ਬੜਾ ਖੂਬਸੂਰਤ ਸਵਾਲ ਵੀ ਖੜ੍ਹਾ ਕਰ ਦਿੱਤਾ, ਸੋਚਣ ਲਈ ਮਜਬੂਰ ਵੀ ਕਰ ਦਿੱਤਾ। ਉਹ ਕੀ ਹੈ? ਜੀਵਨ ਜੀਵਨ ਮੈਂ ਜੀਵਨ ਪਾਇਆ। ਆਖਰ ਗੱਲ ਤਾਂ ਠੀਕ ਸੀ, ਇਹਦੇ ਵਿੱਚ ਕੋਈ ਦੋਰ ਆਇਆ ਨਹੀਂ। ਹਰ ਇੱਕ ਚੀਜ਼ ਜਿਹੜੀ ਪ੍ਰਗਟ ਹੁੰਦੀ ਹੈ, ਉਹਦਾ ਕੋਈ ਪਿਛੋਕੜ ਹੁੰਦਾ ਹੈ, ਉਹਦੀ ਕੋਈ ਜੜ ਹੁੰਦੀ ਹੈ, ਉਹਦਾ ਕੋਈ ਬੇਸ ਹੁੰਦਾ ਹੈ। ਪਾਣੀ ਦਾ ਬੇਸ ਸਮੁੰਦਰ ਹੈ, ਭਾਵੇਂ ਉਹ ਨਦੀਆਂ ਵਿੱਚ ਵਗ ਰਿਹਾ, ਪਰ ਆਇਆ ਤਾਂ ਸਮੁੰਦਰ ਵਿੱਚੋਂ ਹੀ ਹੈ ਨਾ। ਭਾਫ਼ ਬਣ ਕੇ ਬੱਦਲ ਬਣੇ ਨੇ, ਬੱਦਲ ਬਣ ਕੇ ਪਹਾੜਾਂ 'ਤੇ ਪਏ ਨੇ, ਪਹਾੜਾਂ ਵਿੱਚੋਂ ਇਕੱਠੇ ਹੋ ਕੇ ਵਹਿਣ ਬਣੇ ਨੇ, ਵਹਿਣ ਹੋ ਕੇ ਨਦੀ ਵਿੱਚ ਚੱਲ ਪਏ ਨੇ। ਹੈ ਆਇਆ ਤਾਂ ਸਮੁੰਦਰ ਵਿੱਚ, ਬੇਸ ਉਹ ਹੈ, ਬੇਸ ਹੈ ਹੁੰਦਾ ਸਮੁੰਦਰ। ਤਾਂ ਜੋ ਵੀ ਚੀਜ਼ ਅਸੀਂ ਦੇਖਦੇ ਹਾਂ, ਉਹਦੇ ਪਿੱਛੇ ਕੋਈ ਬੇਸ, ਕੋਈ ਜੜ, ਕੋਈ ਟਿਕਾਣਾ ਹੈ। ਹੁਣ ਜੀਵਨ ਅਸੀਂ ਸਾਰੇ ਵੇਖ ਰਹੇ ਹਾਂ, ਮਾਣ ਵੀ ਰਹੇ ਹਾਂ, ਇਹ ਮਿਲਿਆ ਕਿੱਥੋਂ ਹੈ ਸਵਾਲ ਖੜਾ ਹੋ ਜਾਂਦਾ, ਆਇਆ ਕਿੱਥੋਂ ਹੈ। ਤੇ ਜਵਾਬ ਹੈ ਗੁਰੂ ਨਾਨਕ ਦਾ, ਸਤਿਗੁਰੂ ਦਾ ਬਾਣੀ ਵਿੱਚ ਕਹਿਣ ਲੱਗੇ, ਜੀਵਨ ਜੀਵਨ ਮੈਂ ਜੀਵਨ ਪਾਇਆ। ਮੈਂ ਜੀਵਨ ਵਿੱਚੋਂ ਜੀਵਨ ਪਾਇਆ ਹੈ, ਜੀਵਨ ਵਿੱਚੋਂ ਜੀਵਨ ਪਾਇਆ ਹੈ। ਇੱਥੇ ਇੱਕ ਸਵਾਲ ਖੜਾ ਹੋ ਗਿਆ, ਬਸ ਮੈਂ ਇੱਥੇ ਰੁਕਣਾ ਚਾਹੁੰਦਾ ਸਾਂ। ਸੁਭਾਅ ਵਿਚਾਰ ਹੁੰਦਾ, ਜੀਵਨ ਵਿੱਚੋਂ ਜੀਵਨ ਮਿਲਿਆ ਹੈ, ਪਰ ਕੁਝ ਫਰਕ ਪੈ ਗਿਆ ਹੈ ਮਿਲਦਿਆਂ ਮਿਲਦਿਆਂ, ਪ੍ਰਾਪਤੀ ਪ੍ਰਾਪਤੀ ਹੁੰਦਿਆਂ, ਆਉਂਦਿਆਂ ਆਉਂਦਿਆਂ ਕੁਛ ਗੱਲ ਬਦਲ ਗਏ। ਲੋਕ ਸੱਚ ਕਹਿੰਦੇ ਨੇ, ਇੱਕ ਗੱਲ ਦੂਜੇ ਤੱਕ ਜਾਂਦਿਆਂ ਚੱਕ ਬਦਲ ਜਾਂਦੀ, ਬਦਲਦੇ। ਜੀਵਨ ਵਿੱਚੋਂ ਜੀਵਨ ਮਿਲਿਆ ਪਰ ਬਦਲ ਗਿਆ। ਮੇਰਾ ਜੀਵਨ ਉਹਦੇ ਜੀਵਨ ਵਰਗਾ ਨਹੀਂ, ਇਹ ਬਦਲਿਆ ਕੀ ਹੈ?
ਉਹਦਾ ਜੀਵਨ ਅਤੇ ਮੇਰੇ ਜੀਵਨ ਵਿੱਚ ਕੁਝ ਅੰਤਰ ਹੈ। ਉਹਦਾ ਜੀਵਨ ਜਿਹੜਾ ਮੇਰੇ ਵਾਂਗੂ ਪਲ ਚਸਾਂ ਘੜੀਆਂ ਦਿਨਾਂ ਪਹਿਰਾਂ ਮਹੀਨਿਆਂ ਸਾਲਾਂ ਦਾ ਮੁਹਤਾਜ ਨਹੀਂ, ਬਿਲਕੁਲ ਨਹੀਂ। ਜਿੱਥੋਂ ਮੈਨੂੰ ਮਿਲੇ ਸਾਨੂੰ ਉਸ ਜੀਵਨ ਨੂੰ ਪਛਾਣਨਾ ਪਏਗਾ ਜਿੱਥੋਂ ਮੈਨੂੰ ਜੀਵਨ ਮਿਲਿਆ, ਜਿੱਥੋਂ ਤੁਹਾਨੂੰ ਜੀਵਨ ਮਿਲਿਆ। ਸਾਡਾ ਜੀਵਨ ਕੁਝ ਵਰ੍ਹਿਆਂ ਦਾ ਮੁਹਤਾਜ ਹੈ, ਗਿਣਤੀ ਮਿਣਤੀ ਵਿੱਚ ਹੈ, ਸੰਗ੍ਰਹਿ ਹੈ ਕੁਝ ਸਾਲਾਂ ਦਾ। ਉਹਦਾ ਜੀਵਨ ਐਸਾ ਨਹੀਂ ਜਿਹਦੇ ਕੋਲ ਜੀਵਨ ਹੈ। ਆਦ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਏਕੰਕਾਰ ਏਕਾਂਗ ਲਿਖ ਏਕੰਕਾਰ ਏਕਾਂਗ ਲਿਖ ਪੂਰਾ ਓਂਕਾਰ ਲਿਖਾਇਆ। ਸਤਨਾਮ ਕਰਤਾ ਪੁਰਖ ਸਤਨਾਮ ਕਰਤਾ ਪੁਰਖ ਜੁਗੈ ਜੁਗੰਤਰ ਹੁੰਦਾ ਆਇਆ। ਸੇਵਕ ਤੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ। ਨਿਰੰਕਾਰ ਪ੍ਰਭ ਸਦਾ ਸਲਾਮ ਕਹਿ ਨਾ ਸਕੇ ਕੋ ਤੂੰ ਕਦ ਕਾ ਕਹਿ ਨਾ ਸਕੇ ਕੋ ਤੂੰ ਕਦ ਕਾ ਜੁਗੈ ਜੁਗੰਤਰ ਹੁੰਦਾ ਆਇਆ। ਫਰਕ ਤੂੰ ਆਖ ਰਿਹਾ ਹੈ ਕਹਿ ਕਬੀਰ ਇਹ ਰਾਮ ਕੀ ਅੰਸ਼ ਉਸੇ ਵਿੱਚੋਂ ਜੀਵਨ ਵਿੱਚੋਂ ਜੀਵਨ ਮਿਲਿਆ, ਪਰ ਉਹਦੇ ਜੀਵਨ ਵਿੱਚ ਅਤੇ ਤੇਰੇ ਜੀਵਨ ਵਿੱਚ ਆ ਅੰਤਰ ਕਿਉਂ ਆ ਗਿਆ? ਤੇਰਾ ਜੀਵਨ ਲਿਮਿਟਿਡ ਹੈ, ਤੇਰੀਆਂ ਲੋਕ ਬਰਸੀਆਂ ਮਨਾਉਣ ਲੱਗ ਪੈਂਦੇ ਨੇ, ਰੱਬ ਦੀ ਬਰਸੀ ਅੱਜ ਤੱਕ ਕਿਸੇ ਨੇ ਨਹੀਂ ਮਨਾਈ। ਗੁਰਬਾਣੀ ਨੂੰ ਸਵਾਲ ਕਰਕੇ ਸਾਹਮਣੇ ਖੜਾ ਕਰ ਲਈਏ, ਬੜਾ ਕੁਛ ਜਵਾਬ ਮਿਲਦਾ ਹੈ। ਅੱਜ ਤੱਕ ਕਿਸੇ ਨੇ ਰੱਬ ਦੀ ਬਰਸੀ ਮਨਾਈ ਹੈ? ਬ੍ਰਹਮ ਦੀ ਬਰਸੀ ਮਨਾਈ ਹੈ? ਬ੍ਰਹਮ ਗਿਆਨੀਆਂ ਦੀਆਂ ਤੇ ਲੋਕ ਮਨਾਉਂਦੇ ਨੇ, ਮਨਾ ਰਹੇ। ਦੱਸੋ ਕਿਸੇ ਨੇ ਰੱਬ ਦੀ ਬਰਸੀ ਮਨਾਈ ਹੋਵੇ? ਕਿਉਂਕਿ ਉਹ ਬਰਸਾਂ ਦੇ ਵਰਿਆਂ ਦੇ ਮੁਹਤਾਜ ਹੀ ਨਹੀਂ। ਉਹਦੇ ਬਰਸ ਬਰਸ ਤੋਂ ਭਾਵ ਸਾਲ, ਉਹ ਸਾਲਾਂ ਦੇ ਮੁਹਤਾਜ ਹੀ ਨਹੀਂ। ਉਹਦੇ ਜੀਵਨ ਦੇ ਸਾਲ ਗਿਣੇ ਹੀ ਨਹੀਂ ਜਾ ਸਕਦੇ। ਉਹਦੇ ਜਨਮ ਦਾ, ਉਹਦੇ ਮਰਨ ਦਾ ਕੋਈ ਦਿਨ ਦਿਹਾੜਾ, ਕੋਈ ਤਾਰੀਖ ਨਿਸ਼ਚਿਤ ਕੀਤੀ ਨਹੀਂ ਜਾ ਸਕਦੀ। ਹੈਂ, ਜੀਵਨ ਮੈਨੂੰ ਉਹਦੇ ਵਿੱਚੋਂ ਮਿਲਿਆ, ਪਰ ਮੇਰਾ ਫਰਕ ਹੈ, ਮੇਰੇ ਦਿਨ ਵੀ ਨਿਸ਼ਚਿਤ ਨੇ। ਜਦੋਂ ਮਰ ਜਾਵਾਂਗਾ, ਮੇਰੇ ਮਰਨ ਤੋਂ ਬਾਅਦ ਮੇਰੀ ਫੋਟੋ ਦੇ ਥੱਲੇ ਵੀ ਲਿਖ ਦਿੱਤਾ ਜਾਏਗੀ ਤਾਰੀਖ, ਇਸ ਤਾਰੀਖ ਨੂੰ ਇਹਦਾ ਜਨਮ ਹੋਇਆ, ਇਸ ਤਾਰੀਖ ਨੂੰ ਮਰ ਗਿਆ। ਕਿਸੇ ਨੇ ਮੁੜ ਬਰਸੀ ਮਨਾਉਣੀ ਹੋਵੇ ਤਾਂ ਉਹ ਤਾਰੀਖ ਪੜ੍ਹ ਸਕਦਾ ਹੈ। ਰੱਬ ਦੀ ਕਿਸੇ ਨੇ ਫੋਟੋ ਥੱਲੇ ਨਹੀਂ ਲਿਖਿਆ। ਜੀਵਨੋਂ ਮੈਂ ਜੀਵਨ ਪਾਇਆ, ਬਸ ਇਹਨੂੰ ਵਿਚਾਰਨ ਮਿਲਿਆ। ਜੀਵਨ ਤੋਂ ਜੀਵਨ ਹੈ, ਪਰ ਜੀਵਨ ਜੀਵਨ ਵਿੱਚ ਅੰਤਰ ਕਿੱਡਾ ਹੋ ਗਿਆ, ਕਿੱਡੀ ਅਜੀਬ ਗੱਲ ਹੈ। ਮੈਂ ਵੀ ਜੀਉਣਾ ਕਿ ਮੈਂ ਸੁਖੀ ਹਾਂ? ਉਹ ਜਿਹੜਾ ਹੈ ਉਹ ਸੋਗ ਵਿਯੋਗ ਉਹਦੇ ਜੀਵਨ ਵਿੱਚ ਕੋਈ ਨਹੀਂ, ਕੋਈ ਦੁੱਖ ਸੋਗ ਵਿਯੋਗ ਉਹਦੇ ਜੀਵਨ ਵਿੱਚ ਕੋਈ ਨਹੀਂ, ਉਹਦੇ ਜੀਵਨ ਦਾ ਆਦ ਅੰਤ ਕੋਈ ਨਹੀਂ। ਮੇਰੇ ਜੀਵਨ ਦਾ ਆਦ ਵੀ ਹੈ, ਅੰਤ ਵੀ ਹੈ।
मेरे जीवन विच सोग विजोग भी है, बल्कि मैनू तो चिंता ही लगी हुई जिहड़ा साल चला गया वह कहो जिहा सी, आने वाला साल कहो जिहा आवेगा। अरदासां एवें तो नहीं होंदियां, हे सतगुरु आने वाला साल सुखी सांदी लियाई, कोई तोखला है मन विच, कोई फिक्र ते चिंता है मन विच? मेरा जीवन चिंतावां ते फिक्रां दा भरिया होया है, पता नहीं आने वाला साल किहो जिहा आवे। कोई जरूरी नहीं पिछला साल भी एवें आख्या सी सुख दा बीते, पर किन्ने क लोग ने जिन्हां ने सारे साल अंदर सुख प्रतीत कीतो होवे। कौड़ी सच्चाई सानू गुरबाणी श्री गुरु ग्रंथ साहब के दरबार में जरूर वचनी तो समझनी पएगी। अरदास असी पिछले साल भी की थी, साल सुखी दा। किन्ने कने वो लोग जिन्होंने सारा साल सुखी महसूस किया, अनेक बार रोए भी होंगे, अनेक बार रातां जाके कटियां होंगी, अनेक बार ठेडे भी खाधे होंगे, हॉस्पिटल भी गए होंगे, इंजेक्शन भी लगे होंगे, सब कुछ हो रहा है। पर केड़ी अजीब गल है, जिंदे विच्चों जीवन मिले है, ना उन्दे लई कोई हॉस्पिटल है, ना उन्दे लई कोई मेडिसिन है, ना उन्दे लई कोई डॉक्टर है। गुरु ने आख दिता ना वो मरे ना हो वै सोग, दिंदा रहे ना चूके भोग। उनका जीवन क्यों जाए, मेरा जीवन क्यों जाए, मैं पाया मैंने उतों ही देखना ही है। एक पासे मैं आख रहा मैंने जीवन उस जीवन विच्चों मिले है, पर फिर मेरे जीवन का उस दे जीवन का जमीन आसमान का फर्क पै गया। क्यों पै गया? अज मेरा जीवन सफल भी नहीं। क्यों सफल नहीं? क्योंकि उनके जीवन वर्गा मैं अपना जीवन बनाना चाहता सा, बन नहीं सकया। मैं चाहता सा मेरे जीवन विच्चों भी सोग विजोग चला जाए, जिन्हां दे चला गया ना उनका नाम आ गया नानक भगतां सदा विगास, वो हमेशा खास ने, हर साल ही उन्हां लई सुखी है, हर घड़ी उन्हां लई सुखी है, हर मूरत हर चसा पल सब कुछ उन्हां लई सुखी है। उन्हां नूं इह अरदास करन दी लोड़ नहीं, आउण वाला समां मेरा सुखी बताई। उह ते कहिंदे ने तेरे हुक्म विच मैं सदा सुखी हाँ, जै बसालें तैं बैसा स्वामी, जै भेजें ते जावा सब नगरी मैं एक राजा सब पवित्र, जे सुख दें तो तुझे आराधी, दुख भी तुझे दे आई, जे भुख दें तो इत ही राजा दुख विच सुख मनाए। उन्हां दी जिंदगी उन्हां दी लाइफ क्यों सुखी है? जिंदे संबंध विच गुरु तेग बहादुर पातशाह जी ने आख दिता जो नर दुख मैं दुख नहीं माने, सुख स्नेह अर भय नहीं जंक है, कंचन माटी मानी। उन्हें वास्ते सुख दुख बराबर है, कोई फर्क नहीं। हुण देखना यह है कि जिस विच्चों मैं जीवन पाया उनका जीवन की है ते मेरे जीवन विच अंतर क्यों आ गया है, ते उस अंतर नूं मिटाना, उस भेद नूं मिटाना, उस दूरी नूं मिटाना, उनदे विच अभेद होना ही सफलता जीवन दी, जिहड़ी नहीं हो रही। जे सफलता हो जाती सानू ये अरदास करन दी लोड़ ही ना पवे कि साडा जीवन सफल हो सुखी होवे। सुखी है जिस दिन असी दूजी शर्त पूरी कर दते, लो क्योंकि मैं अर्ज की सी दो लफ्ज़ां दे खास विचारन वाले ने इस तो दे। जीवन ने वंजना है, पल चसा कड़ियां वंज रही ने, जा रही ने, दिन जा रहे है, रात वंज रही है,
महीने वंज रहे ने, साल वंज रहे ने, चले ना रोके किसी दे रुके ने ना रुकने ने। हुण मसला ये है कि जिस जीवन विच्चों जीवन पाया है उसे वर्गा जीवन हो जाए तो फिर ये अचल भी हो सकता है। गुरु ने बाणी विच एवें नहीं आख दिता, ब्रह्म ज्ञानी सद जीव है नहीं मरता। जे रब नहीं मरता तो रब नूं जाणन वाला भी नहीं मरता है। मैं क्यों मरदा, इसका मतलब मेरा कोई भेद है। गुरु ने बाणी विच आख्या हर के सेवक जो हर पाए तिनकी कथा निरारी रे, ओ आवे ना जाए ना कब हूं मरते पार ब्रह्म संगारी रे। जियो नहीं मरता त्यो भी नहीं मरते, ना वो मरता ना हम डरिया, ना वो बिन से ना हम कड़िया। आ अपेता है जे वो नहीं मरता मैं भी नहीं मरता, अजे तक मैं मरना वो नहीं मरता, मेरा जीवन ते उनका जीवन वखरा हो गया, पाया मैं उनके विचों जीवनों मैं जीवन पाया। हुण मसला है वो भले हो साल वंज रहा है, सालां दे नाल जीवन भी वंज रहा है, घड़ियां मूरत पल चसा सब कुछ वंज रहा है, इन्हें खलोना कोई नहीं। आओ जीवन की सफलता प्राप्त करिए ताकि जीवन भी ना वंजे, साढ़े जीवन दी मिलियां हुईयां पाल घड़ियां चसा ये भी ना बन जाए, जीवन सफल हो जाए, अपेता हो जाए। उनका जवाब है इस लाइन में गुरु कहते ने इको तरीका है, जिथे वंजे लफज पाया ना उथे बिल्कुल नाल पा दिता ने, इनका जवाब बिल्कुल नाल वो है जे तेरे जीवन दा पल पल उन्दे सिमरन विच वंजे, उन्दे नाल जुड़ के वंजे, तां विश्वास कर फिर नानक भगतां सदा विगास विच आ जाएगा, वो आवे ना जाए ना कब हूं मरते विच आ जाएगा, जीवन सफल हो जाएगा। ते सफल जीवन दी निशानी यह होएगी जे उदा जे जे जीवन विच्चों तैनू जीवन मिले है ओह जा तेरा जीवन हो जाएगा, ना वो मरता ना हम डरिया। गुरु ने इसे लई नाल वन्ये दे एक लफज पाया, वो है सिमरत। ना सिमरत लफज समय दा पैमाना है, ना वन्ये लफज सिमरत दा वन्यन दा पैमान समय दा पैमाना है, बाकी सारे लफज समय दा पैमाना ने। ये दो लफज वक् विच ऐड कीते ने केवल समझाने लई इस कड़ी नूं, कहन लगे घड़ी मूरत सिमरत पल वन्ये, सिमरदियां सिमरदियां जे घड़ियां मूरत ते पल वंजन लंघ जान, तां विश्वास कर तेरे जीवन दी सफलता तैनू उस जीवन नाल अपेद कर देवेगी जिंदे विच्चों आए है। घड़ी मूरत सिमरत पल वंजे, जीवन सफल जीवन सफल तिथाए जियो, जीवन सफल जियो, रैन सुहेलगी दिन स
सुहेला रैन सुहावड़ी दिस सुहेला जप अमृत नाम संत संग मेला कड़ी मूरत सिमरत पल बनिए कड़ी मूरत सिमरत पल बनिए जीवन सफल जीवन सफल तिथाई जियो जीवन सफल तिथाई जियो कड़ी मूरत सिमरत पल बने कड़ी मूरत सिमरत पल बने जीवन हर पल वंज रहा है जा रहा है साल भी जा रहे हैं हर दिन बीतन दा समा साल बिताने वाला है इसे गल नू मुख रखदे आ गुरु ने आख्या भगत जन की करदा है वो कहिंदा है दम दम सदा संभालदा हर एक साह नू संभालदा दम नू संभालदा दम दम ओहो इंदी दौलत है दम नू ही दमड़ा आखदे ने दम दमड़ा ते दम ही मनुख दे जीवन दी सब तो वड्डी दौलत है जेड़ी रब वलों मिली है जिन्हें सब कुछ बनाया हुआ है जिन्ना सारा खलारा पसारा बनाया जिस दिन दम मुक गए मलो समझ लो दौलत मुक गई गुरु ने आख्या दम दम सदा संभालदा दम ना बिरथा जाए कि दम ए दौलत बिरथा ना चली जाए जिस दौलत ने जीवन नु सफल करना है ऐसे नु संभालदियाँ संभालदियाँ पल चसा घड़ियाँ दिन पैर रातां वरे बीत जान पर तेरा विछोड़ा ना होवे फिर हर आया साल साडे लई सुखां दा साल होवेगा इन्हां शब्दां नाल खिमां दा जा चुका समय बाद फिर हाजिर होया आप जी कोल यही समझ के जिवें हुण तुक पड़ी सी जय बसाले तें बैसा स्वामी जय पे जय तें जावा सब नगरी में एको राजा सब पवित्र है थावा पर एक मंग करना कि जय जय जाऊं तहां तेरी सेवा तुम सूठा कर और ना देवा जिथे भी जा तेरा कीर्तन तेरी सिफत सलाह कर दें समा लंघ जाए समा वंज जाए ताकि वो वंजना नेड़े ले आवे वो सफर तेरी मेरी दूरी नू मिटा देवे इन्हां लफ्ज़ां नाल खिमांदा जा चीका फतेह बुलाओ वाहिगुरु जी का खालसा वाहिगुरु जी की फतेह